ਸੋ ਦੋਸਤੋ ਭੁੰਤਰ ਜਾ ਰਿਹਾ ਸੀਗਾ ਮੈਂ ਕੁੱਲੂ ਤੋਂ ਥੋੜ੍ਹੀ ਜਿਹੀ ਪਿੱਛੇ ਆ ਅਤੇ ਤੁਸੀਂ ਦੇਖਿਓ ਦੇਖੋ ਸਭ ਤੋਂ ਵਧੀਆ ਗੱਲ ਇੱਥੇ ਇਹ ਆ ਕਿ ਰਸਤੇ ਜਿਹੜੇ ਆ ਨਾ ਉਹ ਲਗਭਗ ਖਾਲੀ ਹੁੰਦੇ ਔਰ ਹਿਮਾਚਲ 'ਚ ਜਿਹੜੀਆਂ ਸੜਕਾਂ ਆ ਤੁਹਾਨੂੰ ਇੱਕ ਰੋਡ ਦਾ ਵਿਊ ਦਿਖਾਉਂਦਾ ਪਿਆ ਦੇਖੋ ਸੜਕਾਂ ਜਿਹੜੀਆਂ ਬਹੁਤ ਵਧੀਆ ਆ ਤੁਸੀਂ ਜਿੱਦਾਂ ਮਰਜ਼ੀ ਘੁੰਮੋ ਔਰ ਆਹ ਥੋੜ੍ਹੇ ਜਿਹੇ ਦੇਖੋ ਤੁਹਾਨੂੰ ਵਿਊ ਦਿਖਾ ਦਿੰਦਾ ਸੋਹਣੇ ਸੋਹਣੇ ਸੋ ਅਗਰ ਜਾ ਰਹੇ ਹੋ ਮਨਾਲੀ ਵਗੈਰਾ ਦਾ ਪ੍ਰੋਗਰਾਮ ਆ ਤੁਹਾਡਾ ਤਾਂ ਰਸਤਿਆਂ 'ਚ ਰੁਕ ਰੁਕ ਕੇ ਜਾਓ ਔਰ ਪੂਰਾ ਆਪਣਾ ਇੰਜੋਏ ਕਰਦੇ ਹੋਏ ਵਿਊ ਦਾ ਨਜ਼ਾਰਾ ਲੈਂਦੇ ਜਾਓ ਲਓ ਜੀ ਵੀਰੋ ਆਹ ਏਰੀਆ ਆ ਡਾਡਾ ਸਿਬਾ ਇਹ ਸਿਰਫ ਦਿਖਾਉਣ ਦਾ ਮਕਸਦ ਤੁਹਾਨੂੰ ਇਹ ਆ ਵੀ ਦੇਖੋ ਇੱਥੇ ਇੰਡੀਆ 'ਚ ਵੀ ਕਿੰਨੇ ਸੋਹਣੇ ਸੋਹਣੇ ਏਰੀਏ ਆ ਅਤੇ ਮੈਂ ਰਿਮੋਟ ਵਿਲੇਜਸ ਤੋਂ ਜਾ ਰਿਹਾ ਹਾਂ ਅਤੇ ਆਹ ਨਾ ਜਿੱਦਾਂ ਦੇਖੋ ਉਹ ਸਾਰਾ ਦਰਿਆ ਆ ਇੱਧਰੋਂ ਦੀ ਮੈਂ ਆਇਆ ਸਾਰਾ ਆਹ ਪੁਲ ਬਣਿਆ ਹੋਇਆ ਪੁਲ ਦੇ ਇੱਧਰ ਆਹ ਸਾਰੇ ਪੱਥਰ ਪਹਾੜ ਅਤੇ ਇੱਧਰ ਡਾਡਾ ਸਿਬਾ ਆ ਇੱਧਰ ਆਇਆ ਆ ਨਾ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਤੇ ਇੱਕ ਨਵੇਂ ਤਰੀਕੇ ਨਾਲ ਮੈਂ ਹਿਮਾਚਲ ਨੂੰ ਐਕਸਪਲੋਰ ਕਰਦਾ ਪਿਆ